ਜਿਹਦੀ ਸੱਸ ਵੀ ਲੜਦੀ ਹੈ ਨਾ, ਚੁੱਪ ਕਰਕੇ ਆਪਣੀ ਸੱਸ ਨੂੰ ਲੈ ਕੇ ਤਾਂ ਮੂਵੀ ਦੇਖਣ ਆ ਜਾਓ। ਦੇਖੋ ਮੈਂ ਵੀ ਆਪਣੀ ਸੱਸ ਨਾਲ ਦੇਖਣ ਆਈ। ਜ਼ਿਆਦਾ ਵਧੀਆ, ਮਤਲਬ ਹਰ ਮਿੰਟ ਆ ਲੱਗਦਾ ਕਿ ਨੈਕਸਟ ਕੀ ਆਉਣ ਵਾਲਾ ਹੈ। ਕੀ ਹੱਸ ਹੱਸ ਕੇ ਸਾਰੇ ਢਿੱਡੀ ਪੀੜਾਂ ਪਈਆਂ ਦੂਰੇ ਹੋ ਗਏ ਆ। ਘੈਂਟਾ ਵੀਰੇ ਫੁੱਲ, ਘੈਂਟਾ ਮੂਵੀ ਕਮੇਡੀਅਨ ਮੂਵੀ। ਜੋ ਸੱਸਾਂ ਪਿਆਰ ਕਰਦੀਆਂ ਨੇ ਉਹ ਤਾਂ ਪੱਕਾ ਦੇਖਣ, ਔਰ ਜੋ ਨਹੀਂ ਕਰਦੀਆਂ ਉਹ ਨੋਆ ਖਿੱਚ ਕੇ ਲੈ ਕੇ ਆਉਣਗੇ, ਇੱਕ ਵਾਰ ਦੇਖੋ ਜ਼ਰੂਰ। ਬਹੁਤ ਬਹੁਤ ਜ਼ਿਆਦਾ ਵਧੀਆ ਵਾ। ਸਾਰੇ ਕਾਨੂੰਨ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਆਪਣੀਆਂ ਸੱਸਾਂ ਨਾਲ ਵੇਖਣਾ, ਉਹ ਬਹੁਤ ਵਧੀਆ ਮੈਸੇਜ ਦਿੱਤਾ ਹੋਇਆ ਹੈ। ਜਿੰਨੀਆਂ ਵੀ ਫੈਮਿਲੀਜ਼ ਆ ਨਾ, ਸਭਨਾਂ ਨੂੰ ਇਹ ਮੂਵੀ ਦੇਖਣੀ ਚਾਹੀਦੀ ਹੈ। ਬਟ ਦਿਸ ਇਜ਼ ਦ ਵਨ ਜਿਹਨੇ ਉਸ ਤੋਂ ਵਧੀਆ ਬਣਾਈ ਸੈਕਿੰਡ ਪਾਰਟ। ਬਹੁਤ ਅੱਛੀ ਫਿਲਮ ਬਣੀ ਹੈ, ਬਹੁਤ ਵਧੀਆ ਮੂਵੀ ਹੈ, ਫੈਮਿਲੀ ਮੂਵੀ ਹੈ। ਜਿਨ੍ਹਾਂ ਦੀ ਨਹੀਂ ਨਾ ਬਣਦੀ ਉਹਨਾਂ ਦੀ ਬਣਨ ਲੱਗ ਜੂਗੀ। ਬਹੁਤ ਵਧੀਆ ਮੂਵੀ, ਤੇ ਮੂਵੀ ਤੋਂ ਜਦੋਂ ਬਾਹਰ ਨਿਕਲੋਗੇ ਨਾ ਤੇ ਤੁਹਾਡੇ ਸੱਸ ਨੂੰ ਉਹਦਾ ਪਿਆਰ ਬਹੁਤ ਹੋ ਜੂਗਾ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀ ਏ ਨੀ, ਰਾਜਕੁਮਾਰ ਆਇਆ ਵਿਆਹਣ ਲਈ, ਤੂੰ ਬਲਾ ਦੀ ਸੋਹਣੀ ਹੈ ਨੀ। ਬਹੁਤ ਜ਼ਿਆਦਾ ਵਧੀਆ, ਮਤਲਬ ਹਰ ਮਿੰਟ ਆ ਲੱਗਦਾ ਕਿ ਨੈਕਸਟ ਕੀ ਆਉਣ ਵਾਲਾ ਹੈ, ਔਰ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਐਂਡ ਫਸਟ ਆਫ ਆਲ ਕੀ ਐਵੇਂ ਹੁੰਦਾ ਹੈ, ਫਸਟ ਪਾਰਟ ਤੋਂ ਬਾਅਦ ਸੈਕਿੰਡ ਨੂੰ ਇੰਨਾ ਵਧੀਆ ਬਣਾਉਣਾ। ਬਹੁਤ ਸਾਰੀਆਂ ਜੋ ਫਿਲਮ ਸੌਰੀ ਟੂ ਸੇ ਬਟ ਨਹੀਂ ਕਰ ਪਾਉਂਦੀਆਂ, ਬਟ ਦਿਸ ਇਜ਼ ਦ ਵਨ ਜਿਹਨੇ ਉਸ ਤੋਂ ਵਧੀਆ ਬਣਾਈ ਸੈਕਿੰਡ ਪਾਰਟ। ਦੇਖੋ ਜੋ ਸੱਸਾਂ ਪਿਆਰ ਕਰਦੀਆਂ ਨੇ ਉਹ ਤਾਂ ਪੱਕਾ ਦੇਖਣ, ਔਰ ਜੋ ਨਹੀਂ ਕਰਦੀਆਂ ਉਹ ਨੋਆ ਖਿੱਚ ਕੇ ਲੈ ਕੇ ਆਉਣਗੇ, ਇੱਕ ਵਾਰ ਦੇਖੋ ਜ਼ਰੂਰ। 100% ਦੇਖਣੀ ਚਾਹੀਦੀ ਹੈ ਜੀ ਮੂਵੀ। ਓਨੈਸਟਲੀ ਬੋਲਾਂ, ਸਭ ਤੋਂ ਮੈਨੂੰ ਜੋ ਬੈਸਟ ਲੱਗਦਾ ਉਹ ਲੱਗਦਾ ਹੈ ਅਨੀਤਾ ਦੇਵਗਨ ਜੀ, ਸਾਡੀ ਸੱਸ ਜੋ ਨੇ, ਉਹਨਾਂ ਦਾ ਜੋ ਐਕਟਿੰਗ ਹੈ ਉਹ ਸਭ ਤੋਂ ਡਿਫਰੈਂਟ ਹੈ। ਬਟ ਹਾਂ, ਜੋ ਉਹਨਾਂ ਨੇ ਕਿਰਦਾਰ ਨਿਭਾਇਆ ਥੋੜ੍ਹਾ ਜਿਹਾ ਮਤਲਬ ਮਸਤ ਵਾਲਾ ਹੈ, ਬਟ ਜੋ ਨੋ ਨੇ ਠੀਕ ਕੀਤਾ ਉਹ ਬਹੁਤ ਸਹੀ ਚੀਜ਼ ਹੈ ਜੀ। ਦੋਨੋਂ 50-50 ਕਾਮੇਡੀ ਐਂਡ ਸੋਸ਼ਲ, ਮਤਲਬ ਉਹੀ ਮੈਂ ਕਹਿ ਰਹੀ ਨਾ ਕਿ ਹਰ ਮਿੰਟ ਲੱਗਦਾ ਕੁਛ ਨਵਾਂ ਆਉਣ ਵਾਲਾ ਹੈ, ਤਾਂ ਹੋਰ ਮਜ਼ਾ ਆਉਂਦਾ ਕਿ ਰੁਕ ਜਾਓ ਜਾਓ ਨਾ, ਪੂਰੀ ਫਿਲਮ ਦੇਖੋ। ਥੈਂਕ ਯੂ। ਬਹੁਤ ਚੰਗੀ ਆਪਾਂ ਰਿਸ਼ਤੇ ਤੋਂ ਦੂਰ ਭੱਜ ਰਹੇ ਹਾਂ, ਆਪਾਂ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਭੱਜ ਰਹੇ ਹਾਂ, ਈਵਨ ਕਿ ਅਸੀਂ ਵੀ ਭੱਜ ਰਹੇ ਹਾਂ, ਪਰ ਮੈਨੂੰ ਲੱਗਦਾ ਜਿਹਦੀ ਮਜਬੂਰੀ ਨਹੀਂ ਆ ਉਹਨੂੰ ਨਹੀਂ ਆਉਣਾ ਚਾਹੀਦਾ। ਪਿੰਡ ਪਿੰਡ ਆ, ਇੱਕ ਚੰਗਾ ਮੈਸੇਜ ਆ ਕੁੜੀਆਂ ਲਈ ਵੀ ਕੁੜੀਆਂ ਮੁੰਡਿਆਂ ਦੇ ਬਰਾਬਰ ਆ ਹੋਣੀਆਂ ਚਾਹੀਦੀਆਂ। ਫਿਲਮ ਦੇ ਧਿਆਨ 'ਚ ਰੱਖ ਕੇ ਮੈਂ ਇਹੀ ਕਹਿਣਾ ਚਾਹਾਂਗਾ ਵੀ ਉਹ ਇੱਕ ਸਟੋਰੀ ਦਿੱਤੀ ਗਈ ਹੈ ਨੋ ਸੱਸ ਦੀ, ਵੀ ਉਹ ਮੈਂ ਸੱਸਾਂ ਨੂੰ ਕਰਾਂਗਾ ਵੀ ਨੋਹਾਂ ਨੂੰ ਆਪਦੀਆਂ ਧੀਆਂ ਸਮਝਣ, ਤਾਂ ਕਿਸੇ ਘਰ 'ਚ ਲੜਾਈ ਨਹੀਂ ਹੈਗੀ ਜੀ। ਮਤ ਸੰਘਾ ਭਾਅ ਜੀ, ਮੇਰਾ ਬਹੁਤ ਪਿਆਰ ਆ ਭਾਅ ਜੀ ਨਾਲ, ਸੰਘਾ ਭਾਅ ਜੀ ਦਾ ਬਹੁਤ ਅੱਛਾ ਕਰੈਕਟਰ ਲੱਗਾ ਵੀ ਜਿੱਦਾਂ ਕਿ ਛੋਟੀ ਛੋਟੀ ਮਤਲਬ ਅੱਗ ਲਾਉਂਦੇ ਰਹਿਣਾ ਉਹ ਸੀ, ਬਾਕੀ ਸਾਰਿਆਂ ਦਾ ਕਰੈਕਟਰ ਬਹੁਤ ਸਹੀ ਸੀ, ਬਹੁਤ ਵਧੀਆ। ਬਹੁਤ ਵਧੀਆ ਮੂਵੀ ਹੈ, ਫੈਮਿਲੀ ਮੂਵੀ ਹੈ। ਦੇਖੋ ਮੈਂ ਵੀ ਆਪਣੀ ਸੱਸ ਨਾਲ ਦੇਖਣ ਆਈ ਹਾਂ। ਪਲੀਜ਼, ਸਾਰੇ ਕਾਨੂੰਨ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਆਪਣੀਆਂ ਸੱਸਾਂ ਨਾਲ ਵੇਖਣਾ, ਉਹ ਬਹੁਤ ਵਧੀਆ ਮੈਸੇਜ ਦਿੱਤਾ ਹੋਇਆ ਹੈ। ਇਹਦੇ ਵਿੱਚ ਇੰਟਰਟੇਨਮੈਂਟ ਵੀ ਬਹੁਤ ਜ਼ਿਆਦਾ ਆ, ਬਟ ਮੇਨ ਉਹਨਾਂ ਨੇ ਜੋ ਸਾਡੀ ਸੋਸਾਇਟੀਜ਼ ਦੀਆਂ ਪ੍ਰੋਬਲਮਸ ਨੇ ਨਾ, ਜਿਵੇਂ ਫੈਮਿਲੀ ਤੋਂ ਰਿਲੇਟਿਡ ਨੂੰਹ ਸੱਸ ਦੀ ਹੈ ਲੜਾਈ, ਰਾਸ਼ਨ ਪਾਣੀ ਦੀ ਲੜਾਈ ਜੋ ਡਿਪੂ ਦੀ ਚੱਲਦੀ ਹੈ, ਮੇਨ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਐਲੀਮੈਂਟਸ ਐਡ ਕੀਤੇ ਆ ਇਸ ਵਾਰੀ। ਪਿਛਲੇ ਵਿੱਚ ਸਿਰਫ ਨੂੰਹ ਸੱਸ ਦੀ ਲੜਾਈ ਬਾਰੇ ਦੱਸਿਆ ਸੀ, ਇਸ ਵਾਰ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਐਡ ਕੀਤੀਆਂ ਹੋਈਆਂ ਆਪਣੀ ਮੂਵੀ ਵਿੱਚ। ਬਹੁਤ ਨਹੀਂ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਹੋਇਆ ਵੀ ਅਸੀਂ ਕਿਵੇਂ ਆਪਾਂ ਆਪਣੀ ਫੈਮਿਲੀ ਵਿੱਚ ਕਿਵੇਂ ਰਹਿ ਸਕਦੇ, ਕਿਵੇਂ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮਸ, ਛੋਟੀਆਂ ਛੋਟੀਆਂ ਆਪਣੇ ਡੇਲੀ ਰੂਟੀਨ ਦੀਆਂ ਪ੍ਰੋਬਲਮਸ ਨੇ ਉਹ ਕਿਵੇਂ ਵੱਡੀਆਂ ਬਣ ਜਾਂਦੀਆਂ। ਬਹੁਤ ਵਧੀਆ ਮੈਸੇਜ ਦਿੱਤਾ ਹੋਇਆ। ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੀ ਫੈਮਿਲੀਜ਼ ਨਾਲ, ਆਪਣੀ ਨੂੰਹਾਂ ਨਾਲ, ਆਪਣੀ ਸੱਸਾਂ ਨਾਲ ਵੇਖਣ ਆਓ। ਰਿਸ਼ੀ ਮੈਮ ਦਾ
ਉਹਨਾਂ ਦਾ ਜੋ ਦੇਸੀ ਵਲੌਗਸ ਚੱਲ ਰਿਹਾ ਪੂਰੀ ਮੂਵੀ ਦੇ ਵਿੱਚ ਬਹੁਤ ਵਧੀਆ, ਬਹੁਤ ਇੰਟਰਟੇਨ ਕੀਤਾ ਹੈ ਇਹਨਾਂ ਨੇ। ਦੇਖੋ ਵੀ ਅੱਜ ਕੱਲ੍ਹ ਮਾਡਰਨ ਜ਼ਮਾਨਾ, ਹਰ ਕੋਈ ਹੈ ਨਾ, ਹਰ ਹੁਣ ਉਹ ਚੀਜ਼ ਨਹੀਂ ਰਹੀ ਕਿ ਜੋ ਪਿੱਛੇ ਆਉਂਦੀ ਸੀ ਵੀ ਹਾਂ ਵੀ ਆਪਾਂ ਫੋਨ ਨਹੀਂ ਯੂਜ਼ ਕਰ ਸਕਦੇ। ਹੁਣ ਤਾਂ ਜਿਹੜੇ ਕਾਫੀ ਏਜਡ ਬੰਦੇ ਆ ਉਹਨੂੰ ਵੀ ਜਦੋਂ ਤੱਕ ਰਾਤ ਨੂੰ ਇੱਕ ਘੰਟਾ ਫੋਨ ਨਾ ਦੇਖ ਲੈਣ ਉਹਨਾਂ ਨੂੰ ਵੀ ਨੀਂਦ ਨਹੀਂ ਆਉਂਦੀ, ਹੈ ਨਾ। ਸੋ ਥੈਂਕ ਯੂ ਸੋ ਮਚ। ਘੈਂਟਾ ਵੀਰੇ ਫੁੱਲ, ਘੈਂਟਾ ਮੂਵੀ ਕਮੇਡੀਅਨ ਹੈ ਪੂਰੀ। ਹਾਂਜੀ ਹਾਂਜੀ, ਵਧੀਆ ਵੀਰੇ ਸਾਰੇ, ਸਾਰੇ ਘੈਂਟ ਦੇ ਵੀਰੇ ਕਿਰਦਾਰ ਤਾਂ ਸਾਰੇ ਵਧੀਆ ਦੇ। ਹਾਂਜੀ, ਉਹਦਾ ਜ਼ਿਆਦਾ ਵਧੀਆ ਦਾ ਕੰਮ ਵੀਰੇ, ਉਹਨਾਂ ਦੀ ਜ਼ਿਆਦਾ ਵਧੀਆ ਐਕਟਿੰਗ। ਸਬਜੈਕਟ ਵੀਰੇ ਵਧੀਆ, ਵੀ ਪਰਿਵਾਰਿਕ ਜੁੱਟ ਰਹਿਣਾ ਚਾਹੀਦਾ, ਵਧੀਆ ਸਬਜੈਕਟ ਹੈ ਵੀਰੇ। ਨਹੀਂ, ਮੈਂ ਸੱਸ ਕੁੱਟਣੀ 2 ਪਹਿਲਾ ਪਾਰਟ ਵੀ ਬਹੁਤ ਵਧੀਆ ਸੀ, ਅਸੀਂ ਦੇਖਿਆ ਹੋਇਆ ਵਾ, ਐਂਡ ਦੂਜਾ ਤਾਂ ਬਹੁਤ ਬਹੁਤ ਜ਼ਿਆਦਾ ਵਧੀਆ ਵਾ। ਮੈਨੂੰ ਇਹ ਲੱਗਦਾ ਕਿ ਜਿੰਨੀਆਂ ਵੀ ਫੈਮਲੀਜ਼ ਆ ਨਾ, ਸਭਨਾਂ ਨੂੰ ਇਹ ਮੂਵੀ ਦੇਖਣੀ ਚਾਹੀਦੀ ਆ, ਸਭਨਾਂ ਨੂੰ ਵਿਜ਼ਿਟ ਕਰਨਾ ਚਾਹੀਦਾ। 7 ਮਈ ਨੂੰ ਸਿਨੇਮਾ ਘਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਅਤੇ ਸਾਰੇ ਜਣੇ ਜ਼ਰੂਰ ਆਇਓ। ਬਿਲਕੁਲ, ਜਿਨ੍ਹਾਂ ਦੀ ਨਹੀਂ ਨਾ ਬਣਦੀ ਉਹਨਾਂ ਦੀ ਬਣਨ ਲੱਗ ਜੂਗੀ। ਮੇਰਾ ਐਕਸਪੀਰੀਅੰਸ ਤਾਂ ਹੈ ਨਹੀਂ, ਬਟ ਜਿਨ੍ਹਾਂ ਦਾ ਐਕਸਪੀਰੀਅੰਸ ਆ ਨਾ, ਜਿਹਦੀ ਸੱਸ ਵੀ ਲੜਦੀ ਹੈ ਨਾ, ਚੁੱਪ ਕਰਕੇ ਆਪਣੀ ਸੱਸ ਨੂੰ ਲੈ ਕੇ ਤਾਂ ਮੂਵੀ ਦੇਖਣ ਆ ਜਾਓ, ਅਤੇ ਮੂਵੀ ਤੋਂ ਜਦੋਂ ਬਾਹਰ ਨਿਕਲੋਗੇ ਨਾ, ਤਾਂ ਤੁਹਾਡੇ ਸੱਸ ਨੂੰ ਉਹਦਾ ਪਿਆਰ ਬਹੁਤ ਹੋ ਜੂਗਾ। ਥੈਂਕ ਯੂ ਜੀ, ਬਹੁਤ ਵਧੀਆ ਮੂਵੀ, ਸਾਰੀਆਂ ਫੈਮਲੀਆਂ। ਮੈਂ ਤਾਂ ਮੇਰੇ ਵੱਲੋਂ ਰਿਕੁਐਸਟ ਹੈ ਵੀ ਸਾਰੇ ਆਓ, ਨੂੰਹਾਂ ਵੀ ਆਉਣ, ਸੱਸਾਂ ਵੀ ਆਉਣ, ਬਹੁਤ ਵਧੀਆ ਮੈਸੇਜ ਹੈ ਨੂੰਹਾਂ ਵਾਸਤੇ ਵੀ, ਸੱਸਾਂ ਵਾਸਤੇ ਵੀ। ਪਹਿਲਾਂ ਤਾਂ ਤੁਹਾਨੂੰ ਪਤਾ ਸੀ ਕਿ ਸਿੰਗਰ ਤੋਂ ਬਾਅਦ, ਗਾਇਕ ਤੋਂ ਬਾਅਦ ਐਕਟਰ ਵੀ ਵਧੀਆ ਬਣੇਗਾ? ਹਾਂਜੀ, ਮੈਂ ਸੁਪਨਾ ਸੀ ਆਪਣਾ ਪੂਰਾ ਕੀਤਾ ਪਰਮਾਤਮਾ ਨੇ। ਸੁਪਨਾ ਤੁਹਾਡਾ ਸੀ? ਹਾਂਜੀ, ਉਹਦੇ ਪਾਪਾ ਦਾ ਸੁਪਨਾ ਸੀ। ਹਾਂਜੀ, ਚਲੋ ਅੱਜ ਇਸ ਟਾਈਮ ਨਹੀਂ ਹੈਗੇ ਸਾਡੇ ਵਿੱਚ, ਚਲੋ ਪਰਮਾਤਮਾ ਵੇਖਦੇ ਹੋਣਗੇ ਕਿਧਰੇ ਬੈਠੇ, ਅਤੇ ਵਧੀਆ ਹੈ, ਵਧੀਆ ਮਿਹਨਤ ਕਰਦਾ ਪਿਆ ਆਪਣਾ, ਵਧੀਆ ਚੜ੍ਹਦੀ ਕਲਾ ਕਰੇ ਪਰਮਾਤਮਾ, ਬੁਲੰਦੀਆਂ ਤੱਕ ਲੈ ਕੇ ਜਾਏ ਪਰਮਾਤਮਾ, ਹੋਰ ਮੂਵੀਆਂ ਮਿਲਣ ਅਤੇ ਹੋਰ ਫਿਰ ਵੇਖਣ ਆਈਏ। ਭਾਵੇਂ ਨੂੰ ਸੱਸ ਦੀ ਲੜਾਈ ਦੀ ਗੱਲ ਹੈ ਜਾਂ ਇੱਕ ਰਿਸ਼ਤੇ ਦੀ ਗੱਲ ਹੈ, ਪਰ ਸਾਰੇ ਪਰਿਵਾਰ ਬਹੁਤ ਵਧੀਆ ਮੈਸੇਜ, ਪਰਿਵਾਰ ਨੂੰ ਮੈਸੇਜ ਬਹੁਤ ਵਧੀਆ ਹੈ ਵੀ ਮਿਲ ਜੁਲ ਕੇ ਰਹੋ, ਹੈ ਨਾ, ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਧੀਆਂ 'ਚ ਅਤੇ ਨੂੰਹਾਂ 'ਚ ਫਰਕ ਨਹੀਂ ਕਰਨਾ ਚਾਹੀਦਾ, ਵੀ ਬਰਾਬਰ ਚਾਹੀਦਾ, ਜਿਵੇਂ ਆਪਣੀਆਂ ਧੀਆਂ ਨੇ ਐਵੇਂ ਧੀਆਂ ਚਾਹੀਦੀਆਂ ਰੱਖਣੀਆਂ। ਹਾਂ, ਸਭ ਫੈਮਿਲੀਆਂ ਨੂੰ ਮੈਂ ਤਾਂ ਇਹ ਨਹੀਂ ਵੀ ਵੇਖਣ ਆਓ, ਹੁਣ ਮਾਮਾ ਕਹਿ ਨੂੰਹਾਂ ਵੀ ਆਉਣ, ਸੱਸਾਂ ਵੀ ਆਉਣ। ਨਹੀਂ, ਮੈਂ ਸੱਸ ਕੁੱਟਣੀ 2 ਜਿਹੜੀ ਫਿਲਮ ਹੈ ਜੀ, ਬਹੁਤ ਅੱਛੀ ਫਿਲਮ ਬਣੀ ਹੈ, ਦਰਸ਼ਕਾਂ ਨੂੰ ਬੰਨ ਕੇ ਰੱਖਣ ਵਾਲੀ, ਜਿੱਦਾਂ ਕਹਿੰਦੇ ਸਟੋਰੀ ਹੀਰੋ ਹੁੰਦੀ ਹੈ, ਅਤੇ ਅਸਲ ਇਹ ਉਹ ਫਿਲਮ ਹੈ ਜਿਹਦੇ 'ਚ ਵਾਕਈ ਸਟੋਰੀ ਹੀਰੋ ਆ, ਸਕਰੀਨ ਪਲੇ ਹੀਰੋ ਆ, ਇੰਨਾ ਸਮਾਂ ਕਿਤਨਾ ਲੰਘ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਕਿਉਂਕਿ ਹੱਸ ਹੱਸ ਕੇ ਸਾਰੇ ਟਿੱਡੀ ਪੀੜਾਂ ਪਈਆਂ ਦੂਰੇ ਹੋ ਗਏ ਆ। ਸੋ ਬਹੁਤ ਸੋਹਣੀ ਫਿਲਮ ਆ, ਦਰਸ਼ਕਾਂ ਨੂੰ ਬੰਨ ਕੇ ਰੱਖਣ ਵਾਲੀ ਫਿਲਮ ਆ, ਬਹੁਤ ਘੈਂਟ ਹੈ ਜੀ। ਸਾਰੇ ਕਿਰਦਾਰ ਇੱਕ ਤੋਂ ਇੱਕ ਆ ਜੀ, ਗੁਰਪ੍ਰੀਤ ਘੁੱਗੀ ਭਾਅ ਜੀ ਦੀ ਗੱਲ ਕਰੀਏ ਜਾਂ ਹਰਬੀ ਸੰਘਾ ਹੋਰਾਂ ਦੀ ਗੱਲ ਕਰੀਏ ਜਾਂ ਨਿਰਮਲ ਰਿਸ਼ੀ ਮੈਡਮ, ਅਨੀਤਾ ਦੇਵਕਰ ਹੋਰ ਮੈਡਮ ਦੀ ਗੱਲ ਕਰੀਏ, ਤਾਂ ਸਾਰੇ ਹੀ ਮੰਜੇ ਹੋਏ ਅਦਾਕਾਰ, ਉਹਨਾਂ ਨੇ ਆਪਣੀ ਅਦਾਕਾਰੀ ਦਾ ਜਲਵਾ ਜਿਹੜਾ ਵਿਖਾਇਆ ਅਤੇ ਉਹ ਇੱਕ ਤੋਂ ਇੱਕ ਚੜ੍ਹ ਚੜ੍ਹ ਕੇ ਆਉਂਦਾ ਇੱਕ ਦੂਜੇ ਤੋਂ, ਅਤੇ ਬਹੁਤ ਹੀ ਜ਼ਿਆਦਾ ਜਿਹੜਾ ਮਜ਼ੇਦਾਰ ਆ ਜੀ ਕੰਮ। ਵੈਸੇ ਤਾਂ ਜੀ ਫਿਲਮ, ਮੈਂ ਜਿਹੜਾ ਮੇਰੀ ਪਰਸਨਲ ਓਪੀਨੀਅਨ ਹੈ, ਕੋਈ ਵੀ ਫਿਲਮ ਜਿਹੜੀ ਹੈ ਜਿਹੜੀ ਦਰਸ਼ਕ ਨੂੰ ਬੰਨ ਕੇ ਰੱਖ ਸਕੇ, ਉਹ ਚਾਹੇ ਕਮੇਡੀ ਹੋਵੇ ਚਾਹੇ ਸੀਰੀਅਸ ਹੋਵੇ, ਫਿਲਮ ਉਹੀ ਕਾਮਯਾਬ ਹੈ। ਜੇ ਕਾਮੇਡੀ ਫਿਲਮ ਆ ਦਰਸ਼ਕ ਨੂੰ ਬੰਨ ਕੇ ਰੱਖਣ 'ਚ ਕਾਮਯਾਬ ਨਹੀਂ ਗਈ ਤਾਂ ਉਹ ਫਿਲਮ ਫਲੋਪ ਹੋਊਗੀ। ਜੇ ਕੋਈ ਬਹੁਤ ਸੋਹਣੀ ਫਿਲਮ ਹੈ ਉਹ ਦਰਸ਼ਕਾਂ ਨੂੰ ਬੰਨ ਕੇ ਰੱਖਣ 'ਚ ਕਾਮਯਾਬ ਨਹੀਂ ਗਈ, ਉਹ ਵੀ ਫਲੋਪ ਹੋਊਗੀ। ਫਿਲਮ ਅੱਜ ਦੀ ਤਰੀਕ 'ਚ ਉਹੀ ਕਾਮਯਾਬ ਹੈ ਜਿਹੜੀ ਦਰਸ਼ਕਾਂ ਨੂੰ ਬੰਨ ਕੇ ਰੱਖਣ ਦੀ ਜਿਹੜੀ ਆਪਣੀ ਕਾਬਲੀਅਤ ਰੱਖਦੀ ਆ। ਸੋ ਇਹ ਫਿਲਮ ਉਹ ਹੈ ਜਿਹੜੀ ਦਰਸ਼ਕਾਂ ਨੂੰ ਬੰਨ ਕੇ ਰੱਖਣ ਦੀ ਕਾਬਲੀਅਤ ਰੱਖਦੀ ਆ ਜੀ। ਫਿਲਮ ਵੀਰੇ ਬਹੁਤ ਵਧੀਆ ਕੌਨਸੈਪਟ ਹੈ, ਜਿਵੇਂ ਤੁਸੀਂ ਸੱਸ ਕੁੱਟਣੀ 1 ਨੂੰ ਪਿਆਰ ਦਿੱਤਾ, 2 ਨੂੰ ਉਸ ਤੋਂ ਜ਼ਿਆਦਾ ਪਿਆਰ ਦਿਓਗੇ, ਕਿਉਂਕਿ ਨਵਾਂ ਜਿਹਾ ਕੌਨਸੈਪਟ ਹੈ ਜੀ। ਸਭ ਤੋਂ ਵਧੀਆ ਗੱਲ ਇਹ ਹੈ ਵੀ ਨੂੰ ਸੱਸ ਦੀ ਨੋਕ ਝੋਕ ਹੈ, ਪਰ ਉਹ ਇੱਕ ਇੰਟਰਟੇਨਮੈਂਟ ਹੈ ਬਹੁਤ ਵਧੀਆ ਤੁਹਾਡੇ। ਐਕਚੁਅਲੀ ਚੋਣਾਂ ਦਾ ਟਾਈਮ ਸੀਗਾ, ਉਹੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋ ਇਸ ਚੀਜ਼ ਨੂੰ, ਤਾਂ ਹੀ ਉਸ ਟਾਈਮ 'ਤੇ ਲਿਆ ਕੇ ਰਿਲੀਜ਼ ਕੀਤਾ ਗਿਆ ਜੀ ਫਿਲਮ ਨੂੰ, ਵੀ ਜੋ ਤੁਸੀਂ ਦੇਖਦੇ ਹੋ ਉਹ ਰਿਐਲਿਟੀ ਹੈ, ਜੋ ਚੀਜ਼ ਉਹਦੇ ਵਿੱਚ ਕਰ ਦਿਖਾਈ ਗਈ ਹੈ। ਬਸ ਭਾਈ ਨੂੰ ਸੱਸ ਦਾ ਪਿਆਰ ਹੈ ਜੀ ਜਿਹੜਾ ਤੁਸੀਂ ਦੇਖਿਆ ਸਾਰਾ ਕੁਛ ਜੀ ਉਹਦੇ। ਮੈਂ ਉਹਨਾਂ ਨੂੰ ਅਪੀਲ ਕਰਾਂਗਾ ਜੀ, ਪੂਰੀ ਫੈਮਲੀ ਨਾਲ ਆਓ ਫਿਲਮ ਦੇਖਣ ਵਾਲਾ, ਬਹੁਤ ਵਧੀਆ ਇੰਟਰਟੇਨਮੈਂਟ ਹੈ ਜੀ ਤੁਹਾਡਾ, ਤੁਸੀਂ ਨਿਰਾਸ਼ ਨਹੀਂ ਹੋਵੋਗੇ ਫਿਲਮ ਦੇਖ ਕੇ ਜੀ।
ਪੂਰਾ ਫੁੱਲ ਇੰਟਰਟੇਨਮੈਂਟ ਐਂਡ ਤੱਕ ਪੂਰਾ ਇੰਜੋਏ ਕਰੋਗੇ ਤੁਸੀਂ ਫਿਲਮ ਨੂੰ, ਕਿਉਂਕਿ ਉਹਦੇ ਵਿਚਕਾਰ ਹਰ ਮੂਮੈਂਟ ਅਲੱਗ ਅਲੱਗ ਬਣਾਈ ਹੋਈ ਆ ਉਸ ਫਿਲਮ ਦੇ ਵਿਚਕਾਰ। ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਜ਼ਰੂਰ ਆਓ ਫਿਲਮ ਦੇਖਣ ਵਾਸਤੇ ਜੀ। ਮੈਂ ਸਭ ਤੋਂ ਖੁਸ਼ਕਿਸਮਤ ਇਹ ਹਾਂ ਕਿ ਮੈਂ ਆਪਣੇ ਆਪ ਨੂੰ ਇੱਕ ਬਹੁਤ ਛੋਟਾ ਮੇਕਰ ਮੰਨਦਾ। ਮੈਂ ਸਸਕੁਟਨੀ 1 ਬਣਾਈ ਸੀ, ਉਹ ਹਿੱਟ ਹੋ ਗਈ, ਉਸ ਤੋਂ ਬਾਅਦ ਹੁਣ ਸਾਨੀ ਸਾਹਿਬ ਵੀ ਸਾਡੇ 'ਤੇ ਟਰੱਸਟ ਕਰਕੇ ਸਾਡੇ ਨਾਲ ਇੰਨੀ ਵਧੀਆ ਰਿਲੀਜ਼ਿੰਗ ਪਲਾਨ ਦੇ ਨਾਲ ਅਸੀਂ ਇਹ ਸਸਕੁਟਨੀ 2 ਲੈ ਕੇ ਆ ਰਹੇ ਨੇ। ਜਿੰਨਾ ਤੁਹਾਨੂੰ ਪਿਆਰ ਤੁਸੀਂ ਸਾਨੂੰ ਸਸਕੁਟਨੀ 1  'ਚ ਦਿੱਤਾ ਸੀਗਾ, ਅਸੀਂ ਡਬਲ ਤਿਆਰੀ ਨਾਲ ਐਤਕੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਤੁਹਾਡੇ ਕੋਲ ਆ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਲੱਗੀ ਜੀ ਸਾਡੀ ਫਿਲਮ? ਥੈਂਕ ਯੂ ਸੋ ਮਚ ਸਾਰਿਆਂ ਦਾ, ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੀ ਫਿਲਮ ਦੇਖਣ ਲਈ ਆਏ, ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਇੰਨਾ ਪਿਆਰ ਦੇ ਰਹੇ ਹੋ ਤੁਸੀਂ। ਥੈਂਕ ਯੂ ਸਾਰੀ ਟੀਮ ਦਾ, ਸਾਰੇਗਾਮਾ, ਸਾਨੀ ਸਰ, ਐਂਡ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਟੂ ਮੋਹਿਤ ਐਂਡ ਹੈਟਸ ਆਫ ਟੂ ਹਿਮ, ਇੰਨੀ ਘੈਂਟ ਫਿਲਮ ਬਣਾਈ। ਐਂਡ ਥੈਂਕ ਯੂ ਅਨੀਤਾ ਮੈਮ, ਨਿਸ਼ਾ ਜੀ ਐਂਡ ਮੇਰੇ ਸਾਰੇ ਕੋ ਐਕਟਰ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਬਸ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿੰਦੀ ਹਾਂ ਕਿ ਆਪਣੀ ਫੈਮਿਲੀਜ਼ ਐਂਡ ਫਰੈਂਡਸ ਦੇ ਨਾਲ ਜਾਓ, ਕਿਉਂਕਿ ਇੱਕ ਸੈਂਸੀਬਲ ਸਿਨੇਮਾ ਨੂੰ ਸਪੋਰਟ ਦੀ ਬਹੁਤ ਲੋੜ ਹੈ। ਅਤੇ ਪਲੀਜ਼ ਸਾਰੇ ਜਣੇ ਜਾ ਕੇ ਸਾਡੀ ਫਿਲਮ ਦੇਖੋ ਜਿਹੜੀ ਕਿ 2 ਦਿਨਾਂ ਬਾਅਦ ਯਾਨੀ 7 ਜੂਨ ਨੂੰ ਆ ਰਹੀ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਭ ਤੋਂ ਪਹਿਲਾਂ ਥੈਂਕਸ ਕਰਨਾ ਚਾਹੁੰਦੀ ਹਾਂ ਮੋਹਿਤ ਬਨਵੈਤ ਹੁਣਾਂ ਦਾ ਔਰ ਸਾਰੇ ਗਾਵਾਂ ਦਾ, ਜਿਨ੍ਹਾਂ ਨੇ ਇੰਨੇ ਵਧੀਆ ਕਿਰਦਾਰ ਦੇ ਲਈ, ਇੰਨੀ ਵਧੀਆ ਫਿਲਮ ਦੇ ਲਈ ਮੈਨੂੰ ਮੌਕਾ ਦਿੱਤਾ। ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿੰਨਾ ਕੁ ਆਪਣੇ ਵੱਲੋਂ ਠੀਕ ਠਾਕ ਕੰਮ ਕਰ ਸਕਦੀ ਹਾਂ ਉਨਾ ਕੁ ਕਰਾਂ। ਜੋ ਕੁਛ ਤੁਹਾਨੂੰ ਚੰਗਾ ਲੱਗਾ ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ, ਜੋ ਚੰਗਾ ਨਹੀਂ ਲੱਗਾ ਉਹਦੇ 'ਚ ਮੇਰਾ ਕੋਈ ਕਸੂਰ ਨਹੀਂ, ਇਹਦਾ ਕਸੂਰ। ਇਹ ਮੇਰੇ ਲਾਗੋਂ ਵੀ ਲੰਘ ਜਾਂਦੀ ਸੀ, ਮੈਨੂੰ ਜ਼ਹਿਰ ਚੜ ਜਾਂਦਾ ਸੀ। ਸੋ ਮੈਂ ਜਿੰਨੀ ਜ਼ਹਿਰੀਲੀ ਹਾਂ ਇਹਦੇ ਕਰਕੇ, ਤੁਸੀਂ ਵੇਖ ਲਿਆ ਫਿਲਮ ਦੇ ਵਿੱਚ ਮੇਰਾ ਕੋਈ ਕਸੂਰ ਹੀ ਨਹੀਂ। ਮੈਂ ਬਹੁਤ ਸ਼ਰੀਫ, ਬਹੁਤ ਭੋਲੀ, ਸਾਰਾ ਦਾ ਸਾਰਾ ਜ਼ਹਿਰ ਜਿਹੜਾ ਇੱਧਰੋਂ ਆਇਆ। ਸੋ ਜਿਨ੍ਹਾਂ ਨੂੰ ਉਹ ਜ਼ਹਿਰੀਲੀ ਸੱਸ ਚੰਗੀ ਨਹੀਂ ਲੱਗੀ, ਮੈਨੂੰ ਗਾਲ ਨਹੀਂ ਕੱਢਣੀ। ਬਰਾਬਰ, ਮੈਂ ਮੇਰੀ ਮੰਮੀ ਦੇ ਨਾਲ ਹੀ ਹਾਂ। ਅਤੇ ਥੈਂਕ ਯੂ ਸੋ ਮੱਚ ਮੋਹਿਤ ਦਾ, ਮੋਹਿਤ ਦੀ ਫਸਟ ਮੂਵੀ ਐਜ਼ ਏ ਡਾਇਰੈਕਟਰ ਰਾਈਟਰ, ਅਤੇ ਮੇਰੀਆਂ ਬੈਸਟ ਵਿਸ਼ਿਜ ਮੋਹਿਤ ਨੂੰ ਨੇ। ਅਤੇ ਅਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਬਹੁਤ ਕੰਮ ਕੀਤਾ, ਪਰ ਪਰਸਨਲੀ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਫਿਲਮ ਬਾ ਕਮਾਲ ਬਣੀ ਹੈ, ਸਾਰੇ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ। ਅਤੇ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਆਏ, ਅਤੇ ਹੁਣ ਜਦੋਂ ਫਿਲਮ ਰਿਲੀਜ਼ ਹੋਣੀ ਹੈ ਸਾਰੇ ਜਣੇ ਪਲੀਜ਼ ਆਪਣੀ ਫੈਮਿਲੀ ਨਾਲ, ਆਪਣੇ ਫਰੈਂਡਸ ਨਾਲ ਫਿਲਮ ਦੇਖ ਕੇ ਆਇਓ, ਕਿਉਂਕਿ ਤੁਹਾਡੇ ਦੇਖਣ ਨਾਲ ਹੀ ਫਿਲਮ ਸਫਲ ਹੋਣੀ ਹੈ। ਥੈਂਕ ਯੂ ਸੋ ਮੱਚ। ਸੋ ਥੈਂਕ ਯੂ ਵੈਰੀ ਮੱਚ, ਇਸੇ ਤਰ੍ਹਾਂ ਆਪਣਾ ਪਿਆਰ, ਆਪਣੀ ਮੁਹੱਬਤ ਸਾਡੇ ਨਾਲ ਰੱਖਿਓ। ਲਵ ਯੂ ਆਲ, ਚੜ੍ਹਦੀ ਕਲਾ। ਸ਼ੁਕਰੀਆ। ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਜੀ ਆਇਆਂ, ਤੁਸੀਂ ਸਾਰੇ ਆਏ ਚੱਲ ਕੇ ਅਤੇ ਸਾਡੀ ਫਿਲਮ ਨੂੰ ਪਿਆਰ ਦਿਓ। 7 ਜੂਨ ਨੂੰ ਰਿਲੀਜ਼ ਹੋਣ ਲੱਗੀ ਹੈ, ਅਤੇ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਸਸਕੁਟਨੀ 1 ਨੂੰ ਪਿਆਰ ਦਿੱਤਾ ਸੀ, 2 ਨੂੰ ਤੁਸੀਂ ਇਸ ਤੋਂ ਜ਼ਿਆਦਾ ਪਿਆਰ ਦਿਓਗੇ ਅਤੇ ਇੱਕ ਆਪਣਾ ਸੁਨੇਹਾ ਆਪਣੇ ਆਪਣੇ ਘਰ ਲੈ ਕੇ ਜਾਓਗੇ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ, ਥੈਂਕ ਯੂ ਜੀ। ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀ ਐ ਨੀ, ਰਾਜਕੁਮਾਰ ਆਇਆ ਗਾਉਣ ਲਈ। ਤੂੰ ਬਲਾ ਦੀ ਸੋਹਣੀ ਹੈ ਨੀ, ਤੇਰਾ ਕੋਈ ਤੋੜ ਹੈ ਨੀ, ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ। ਹੈ ਪਰੀਆਂ ਦੇ ਦੇਸੋਂ ਆਈਏ, ਪਰੀਆਂ ਦੀ ਰਾਣੀ ਐ ਨੀ, ਰਾਜਕੁਮਾਰ ਆਇਆ ਗਾਉਣ ਲਈ।
ਸੀ ਬਾਰੀ ਬਰਸੀ ਕੱਟਣ ਗਿਆ ਸੀ ਹਟ ਕੇ ਲਿਆਂਦੇ ਛੋਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸਦੂਕਾ ਵਾਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸਦੂਕਾ ਵਾਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸਦੂਕਾ ਵਾਲੇ ਨੀ ਮੈਂ ਸੱਸ ਕੁੱਟਣੀ ਥੈਂਕ ਯੂ ਜੀ ਬਹੁਤ ਬਹੁਤ ਪਿਆਰ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਆਕਾਂਸ਼ਾ ਸਰੀਨ ਵਰਮਾ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਥੈਂਕਸ ਮੋਹਿਤ ਬਨਵੈਤ ਸਰ ਦਾ ਜਿਨ੍ਹਾਂ ਨੇ ਮੇਰੇ 'ਚ ਕੋਨਫੀਡੈਂਸ ਲਿੱਤਾ ਐਂਡ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਬਹੁਤ ਬਹੁਤ ਥੈਂਕ ਯੂ ਟੂ ਮੋਹਿਤ ਸਰ ਫੋਰ ਮੇਕਿੰਗ ਮੀ ਅ ਪਾਰਟ ਆਫ ਦਿਸ ਬਿਊਟੀਫੁਲ ਅਮੇਜ਼ਿੰਗ ਫਿਲਮ ਤੁਸੀਂ ਪਹਿਲੇ ਵਾਲੇ ਪਾਰਟ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਸੇ ਤਰ੍ਹਾਂ ਪਲੀਜ਼ ਇਸ ਪਾਰਟ ਨੂੰ ਬਹੁਤ ਸਾਰਾ ਪਿਆਰ ਦਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਦੇਖਣ ਨੂੰ ਮਿਲੂਗਾ ਬਹੁਤ ਸੋਹਣੀ ਫਿਲਮ ਬਣਾਈ ਹੈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਪਲੀਜ਼ ਸਾਡੀ ਮਿਹਨਤਾਂ ਨੂੰ ਭਾਗ ਲਾਇਓ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਪਹਿਲੇ ਪਾਰਟ ਤੋਂ ਬਾਅਦ ਦੂਜਾ ਪਾਰਟ ਬਣਾਉਣਾ ਆਪਣੇ ਆਪ 'ਚ ਇੱਕ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਬਹੁਤ ਬੜਾ ਚੈਲੇਂਜ ਹੁੰਦਾ ਸੋ ਮੋਹਿਤ ਬਨਵੈਤ ਨੂੰ ਬਹੁਤ ਬਹੁਤ ਵਧਾਈਆਂ ਇਸ ਗੱਲ ਦੀਆਂ ਕਿ ਉਸ ਚੈਲੇਂਜ ਨੂੰ ਕਬੂਲ ਕਰਕੇ ਉਸ ਤੋਂ ਵੀ ਚੰਗੀ ਇੱਕ ਫੈਮਿਲੀ ਡਰਾਮਾ ਲੈ ਕੇ ਆਏ ਨੇ ਜਿਹੜੀਆਂ ਸਾਡੀ ਫੈਮਿਲੀਜ਼ ਟੁੱਟ ਰਹੀਆਂ ਨੇ ਜੁਆਇੰਟ ਫੈਮਿਲੀਜ਼ ਟੁੱਟ ਰਹੀਆਂ ਨੇ ਮੈਂ ਸਮਝਦਾ ਉਹਨੂੰ ਜੋੜਨ ਦੀ ਬਹੁਤ ਵੱਡੀ ਗੱਲ ਹੈ ਇੰਟਰਟੇਨਮੈਂਟ ਦੇ ਨਾਲ ਨਾਲ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਫਿਲਮ ਦਿੰਦੀ ਹੈ ਸੋ ਇਹੋ ਜਿਹੀਆਂ ਫਿਲਮਾਂ ਫੈਮਿਲੀ ਫਿਲਮਾਂ ਦੀ ਸਾਨੂੰ ਲੋੜ ਹੈ ਅਸੀਂ ਲਗਾਤਾਰ ਐਕਸ਼ਨ ਫਿਲਮ ਨਹੀਂ ਦੇਖ ਸਕਦੇ ਲਗਾਤਾਰ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸਾਡੇ ਕੋਲ ਫੈਮਿਲੀ ਡਰਾਮਾ ਹੋਣਾ ਬਹੁਤ ਜ਼ਰੂਰੀ ਹੈ ਸੋ ਫੈਮਿਲੀ ਡਰਾਮਾ ਇੱਕ ਬਹੁਤ ਕਮਾਲ ਦਾ ਇੰਟਰਟੇਨਮੈਂਟ ਲੈ ਕੇ ਆਏ ਨੇ ਸੋ ਸਾਰੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਅਗਲਾ ਕੰਮ ਤੁਹਾਡਾ ਜੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਸੋ ਫਿਲਮ ਆਲਰੇਡੀ ਆਪਾਂ ਸਾਰਿਆਂ ਨੇ ਦੇਖ ਲਈ ਹੈ ਫਿਲਮ 7th of June ਨੂੰ ਵਰਲਡ ਵਾਈਡ ਲੱਗ ਰਹੀ ਹੈ ਸੋ ਇਹ ਫਿਲਮ ਦੀ ਦੋ ਗੱਲਾਂ ਨੇ ਜੀ ਇੱਕ ਤਾਂ ਪਹਿਲੇ ਡੈਪੂਟੈਂਟ ਡਾਇਰੈਕਟਰ ਮੋਹਿਤ ਬਨਵੈਤ ਜਿਹਨੇ ਬਹੁਤ ਦਿਲ ਨਾਲ ਔਰ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਸੋ ਪਲੀਜ਼ ਤੁਹਾਡਾ ਮੀਡੀਆ ਦਾ ਇੱਕ ਬਹੁਤ ਵੱਡੀ ਡਿਊਟੀ ਵੀ ਹੈ ਰਿਸਪੋਂਸੀਬਿਲਿਟੀ ਵੀ ਹੈ ਕਿ ਫਰਾਈਡੇ ਨੂੰ ਜਦੋਂ ਵੀ ਫਿਲਮ ਲੱਗੇ ਪੂਰੇ ਵਰਲਡ 'ਚ ਇਹਦਾ ਵਰਡ ਆਫ ਮਾਊਥ ਜਾਣਾ ਚਾਹੀਦਾ ਸੋ ਮੋਹਿਤ ਨੂੰ ਮੈਂ ਇਸ ਗੱਲ ਦਾ ਕ੍ਰੈਡਿਟ ਦੇਣਾ ਚਾਹੂੰਗਾ ਜੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਾ ਮੈਚ ਖੇਲੋ ਤਾਂ ਸੈਂਚਰੀ ਨਹੀਂ ਬਣਾ ਸਕਦੇ ਸੋ ਮੋਹਿਤ ਬਨਵੈਤ ਦਾ ਪਹਿਲਾ ਮੈਚ ਔਰ ਸੈਂਚਰੀ ਫੋਰ ਸ਼ਿਓਰ ਹੈ ਦੂਸਰੇ ਸਾਰੇ ਗਾਮਾ ਜੀ ਜਿਹੜੇ ਆਲਰੇਡੀ ਸਿਧਾਰਜੀ ਸਾਰੇ ਗਾਮਾ ਨਾਲ ਮਿਲਦਾ ਇਸ ਫਿਲਮ ਆਪਾਂ ਹੈਟ੍ਰਿਕ ਕਰਨ ਜਾ ਰਹੇ ਹਾਂ ਪੰਜਾਬ 'ਚ ਆਲਰੇਡੀ ਵਾਰਨਿੰਗ ਛਿੰਦਾ ਜੀ ਦਾ ਨੋ ਪਾਪਾ ਅਤੇ ਥਰਡ ਫਿਲਮ ਹੈ ਸਾਰੇ ਗਾਮਾ ਦੀ ਸੋ ਇਸ ਫਿਲਮ ਨੂੰ ਬਹੁਤ ਪਿਆਰ ਚਾਹੀਦਾ ਹੋਏਗਾ ਤੁਹਾਡੇ ਵੱਲੋਂ ਔਰ ਰਿਕੁਐਸਟ ਹੈ ਸਾਡੀ ਪੂਰੀ ਟੀਮ ਦੀ ਕਿ ਜਦੋਂ ਵੀ ਫਿਲਮ ਤੁਸੀਂ ਤੁਹਾਡਾ ਪਰਿਵਾਰ ਕੋਈ ਵੀ ਦੇਖਿਆ ਉਹਨੂੰ ਸੋਸ਼ਲ ਮੀਡੀਆ 'ਤੇ ਜ਼ਰੂਰ ਸ਼ੇਅਰ ਕਰੋ ਕਿ ਫਿਲਮ ਨੂੰ ਅਸੀਂ ਬਲੋਕਬਸਟਰ ਬਣਾਉਣਾ ਥੈਂਕ ਯੂ ਸੋ ਮਚ